नवां शहर तो वड्डी खबर सामने आ रही है जिथे पिंड सलोह विखे कलजुगी पुत्र वल्लों अपने ही प्यो दा कतल कर दिता गया। नशे च धुत पुत्र ने अपने बुजुर्ग बाप नूं डंडियां नाल इन्ना कुट्टिया कि उसकी मौत हो गई। दस दईए 40 साला बलराज उर्फ सोनू ने रात शराब के नशे विच अपने पिता नूं कुट कुट के मौत दे घाट उतार दिता। मिली जानकारी अनुसार मृतक की लड़की ने दस्या कि उसका पिता नवां शहर वकील दे मुंशी दा काम करदा सी ते ओह दो भैणां ते इक भरा ने। माता तो कुछ समय पहला ही देहांत हो गया सी ते भरा दा विआह होया सी जिस तों उसनूं इक 4 साला कुड़ी है। ज्यादा शराब दा आदी होण करके उसकी पत्नी ने तलाक दे दिता सी। रात भरा ने नशे विच धुत हो के मेरे पिता नूं कुट कुट के मौत दे घाट उतार दिता ते मैनूं उसकी खबर तक ना हुई। उधर पिंड वासियां ने दस्या कि मुलजम अक्सर ऐदा करिया करदा सी। कई बार तो नशे च अपनी ही बेटी नूं कुटदा सी ते किसी वल्लों शिकायत करन मगरों उसका दादा उत्थे आके उन्हूं बचाउंदा सी। घटना की खबर मिलते ही पुलिस तो मौके पर पहुंची ते मुलजिम नूं मौके तो ही गिरफ्तार कर लिया। आरोपी ते धारा 302 दे तहत मामला दर्ज करके लाश नूं पोस्टमार्टम लई सिविल हस्पताल भेज दिता गया। की जानकारी है? यह मेरा नाम परमजीत सिंह पम्मा पिंड सलोह सरपंच जी। यह गल इदा हुई आ, रात एक बंदे ने शराब पीती उसकी मुंडे ने, तो अपने डैडी ने कोई माड़ी मोटी गल तो बहसया होना ज लड़िया होना, तो उस तो बाद ज्यादा सट्टा सुट्टा मारती कुटिया कट्टिया। पहला भी कभी लड़ाई होंगी? पहला भी होंगी जी, पहला भी कई बार इन्हें कुटिया कट्टिया, अपने माता भी इन्हें कुटिया अगे। हुण तो माता की डैथ हो गई, काफ़ी देर हो गई, पर इन्हें अगे तो इन्हें ना कोई डरदा, इन्हें छड़ाण भी नहीं जाता। ਜਿਵੇਂ ਤੁਸੀਂ ਦੱਸਦੇ ਹੋ ਕਿ ਪਿਓ ਨੂੰ ਵੀ ਕੁੱਟਿਆ, ਮਾਂ ਨੂੰ ਕੁੱਟਿਆ, ਫਿਰ ਤਾਂ ਧਰਤੀ 'ਤੇ ਬੋਝ ਹੀ ਹੈ ਜੀ। ਬੋਝ ਬਹੁਤ ਵੱਡਾ ਬੋਝ ਹੈ ਜੀ ਇਹਨਾਂ ਦੇ। ਜਿੱਦਾਂ ਨਾ ਹੁਣ ਇਸ ਵੇਲੇ ਵਿੱਚ ਪਿੰਡ ਦੇ ਕਹਿੰਦੇ ਸੀ ਕਿ ਚੱਲ ਇਹਨਾਂ ਦਾ ਘਰ ਉੱਜੜ ਜਾਣਾ, ਇਹਨੂੰ ਬਚਾ ਲੈਣਾ ਚਾਹੀਦਾ, ਪਰ ਜੋ ਇਹਨਾਂ ਦੇ ਰਿਸ਼ਤੇਦਾਰ, ਇਹਨਾਂ ਦੀਆਂ ਕੁੜੀਆਂ, ਉਹਨਾਂ ਨੇ ਸਾਰਿਆਂ ਨੇ ਬਾਹਰੋਂ ਵੀ ਟੈਲੀਫੋਨ ਕਰ ਕਰਕੇ ਸਾਨੂੰ ਕਿਹਾ ਵੀ ਬੰਦਾ ਛੁੱਟਣਾ ਨਹੀਂ ਚਾਹੀਦਾ, ਇਹਨੂੰ ਜੇਲ੍ਹ 'ਚ ਜਾਣਾ ਚਾਹੀਦਾ। ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਇੱਦਾਂ ਕਰ ਸਕਦਾ? ਕੱਲ੍ਹ ਨੂੰ ਹੋਰ ਨਾ ਕਿਸੇ ਨਾਲ ਕੀ ਜੀ, ਇਹਦੀ ਇੱਕ ਛੋਟੀ ਜਿਹੀ ਕੁੜੀ ਆ, ਇਹਦੇ ਪਰਿਵਾਰ ਦੇ ਬੰਦੇ ਹੀ ਕਹਿ ਰਹੇ ਆ ਵੀ ਇਹਨੂੰ ਉਹਨੂੰ ਵੀ ਮਾਰ ਦੇਣਾ ਸੀ। ਮਤਲਬ ਕਿ ਜਦੋਂ ਕਈ ਵਾਰੀ ਉਹ ਇਹ ਬੰਦਾ ਕਚਹਿਰੀਆਂ 'ਚ ਕੰਮ ਕਰਦਾ ਸੀਗਾ ਜਿਹੜਾ ਮਾਰਿਆ, ਅਤੇ ਜਦੋਂ ਕਈ ਵਾਰੀ ਇਹ ਦੁਪਹਿਰ ਨੂੰ ਉਹਨੂੰ ਕੁੱਟਣ ਲੱਗ ਪੈਂਦਾ ਸੀ ਕੁੜੀ ਨੂੰ, ਛੋਟੀ ਜਿਹੀ ਬੱਚੀ ਨੂੰ। ਅੱਛਾ, ਤਾਂ ਜਿਹੜਾ ਛੋਟਾ ਜਿਹਾ, ਹਾਂ ਆਪਣੀ ਕੁੜੀ ਹੈ ਇਹਦੀ, ਆਪਣੀ ਕੁੜੀ ਨੂੰ ਕੁੱਟਣਾ? ਹਾਂਜੀ, ਇਹਦਾ ਤਲਾਕ ਹੋਏ ਆ। ਜਦੋਂ ਆਪਣੀ ਕੁੜੀ ਨੂੰ ਕੁੱਟਦਾ ਕੁੱਟਦਾ ਜਦੋਂ ਫਿਰ ਲੋਕਾਂ ਨੇ ਕਿਸੇ ਨੇ ਟੈਲੀਫੋਨ ਕਰਨਾ, ਫਿਰ ਉਹ ਉੱਥੋਂ ਆਉਂਦਾ ਹੁੰਦਾ ਸੀਗਾ ਕਚਹਿਰੀਆਂ ਤੋਂ, ਤਾਂ ਨਾਲ ਉਹਨੂੰ ਲੈ ਕੇ ਜਾਣਾ। ਮ੍ਰਿਤਕ ਬਜ਼ੁਰਗ ਜਿਹੜਾ ਆ ਉਹ ਆਉਂਦਾ ਸੀਗਾ? ਹਾਂਜੀ ਹਾਂਜੀ, ਮਤਲਬ ਸਾਰਾ ਬੋਝ ਉਹਦੇ 'ਤੇ ਉਹਦੇ 'ਤੇ ਸੀਗਾ, ਉੱਤੇ ਹੀ ਸੀਗਾ ਸਾਰਾ ਘਰ ਦਾ ਖਰਚੇ ਦਾ, ਬੱਚੀ ਦਾ ਪਾਲਣਾ ਵੀ, ਅਤੇ ਸਾਰਾ ਉਹਦੇ ਉੱਤੇ ਹੀ ਸੀਗਾ। ਅਤੇ ਬਾਕੀ ਇਹਦੇ ਤਾਂ ਜਲਾਦ ਆ ਕਿ ਬੱਚੀ ਵੀ ਇਹਦੇ ਕੋਲ ਰਹੇ ਤਾਂ ਬੱਚੀ ਦਾ ਵੀ ਮਾਰ ਸਕਦਾ, ਬੱਚੀ ਦੇ ਉੱਤੇ ਵੀ ਖਤਰਾ ਰਹਿੰਦਾ? ਖਤਰਾ ਹੈ ਜੀ, ਖਤਰਾ। ਇਹ ਬੰਦਾ ਬਹੁਤ ਗਲਤ ਬੰਦਾ ਆ, ਨਸ਼ਾ ਕਰਦਾ ਸੀਗਾ ਮੇਨ। ਚਲੋ ਇਹ ਵੀ ਗੱਲ ਹੈਗੀ ਆ, ਪਸਾ ਜੜ ਨਸ਼ੇ ਦੀ ਵੀ ਆ, ਕੁਛ ਚਿੱਟਾ ਵੀ ਮੇਰਾ ਖਿਆਲ ਖਾਂਦੇ ਹੋਣੇ ਆ, ਅਤੇ ਦਾਰੂ ਤਾਂ ਪੀਂਦਾ ਹੀ ਪੀਂਦਾ ਸੀਗਾ। ਜਾਣੀ ਕਿ ਅੱਜ ਉਹਦਾ ਇਹ ਘਰ ਦੇ ਇਹ ਗੱਲ ਕਰਦੇ ਸੀਗੇ ਵੀ ਜਦੋਂ ਇਹ ਕੁੱਟਣ ਲੱਗਦਾ ਨਾ ਜਾਂ ਕਿਸੇ ਨਾਲ ਲੜਦਾ ਸੀ ਆਪਸ ਵਿੱਚ ਹੀ ਘਰ, ਤਾਂ ਮੰਨ ਲਓ ਇਹਨੂੰ ਪਤਾ ਨਹੀਂ ਵੀ ਕਿਆ ਹੁੰਦਾ ਸੀ, ਵੀ ਇੰਨਾ ਜਾਣੀ ਕਿ ਹੈਵੀ ਹੋ ਜਾਂਦਾ ਸੀ ਕੁੱਟਣੇ ਨੂੰ ਬਹੁਤ ਜ਼ਿਆਦਾ। ਕੋਈ ਸ਼ੁੱਧ ਬੁੱਧ ਨਹੀਂ? ਸ਼ੁੱਧ ਬੁੱਧ ਨਹੀਂ, ਜਾਣੀ ਕਿ ਵੀ ਕਿੱਥੇ ਮਾਰਨੀ ਕਿੱਥੇ ਨਹੀਂ ਮਾਰਨੀ, ਮਤਲਬ ਨਸ਼ੇ ਕਰਕੇ ਇਹ ਹਾਲਾਤ, ਇਹ ਵੀ ਨਹੀਂ ਪਤਾ ਕਿ ਮੋਹਰੇ ਪਿਓ ਆਪਣਾ, ਹਾਂਜੀ, ਔਰ ਉਹਦਾ ਕਤਲ ਕਰਤਾ। ਹਾਂਜੀ ਹਾਂਜੀ ਹਾਂਜੀ, ਉਹ ਵੀ ਇੱਦਾਂ ਹੀ ਹੋਈ ਆ। ਉਹਦੇ ਕੋਲ ਸ਼ਾਇਦ ਜਿੱਦਾਂ ਦੱਸਦੀ ਆ ਇਹਨਾਂ ਦੀ ਕੁੜੀ ਵੀ ਉਹ ਕਚਹਿਰੀਆਂ 'ਚ ਕੰਮ ਕੁੰਮ ਕਰਕੇ ਆਉਂਦਾ, ਤਾਂ ਆਉਂਦੇ ਤੋਂ ਪੈਸੇ ਪੂਸੇ ਮੰਗਦਾ ਸੀਗਾ ਜਾਂ ਮੰਗਦਾ ਹੋਣਾ ਆ, ਉਹ ਡੈਡੀ ਨੇ ਦਿੱਤੇ ਨਹੀਂ ਹੋਣੇ, ਜੋ ਕੁੜੀ ਦੱਸਦੀ ਇਹਨਾਂ ਦੀ ਵੀ ਉਹਦੀ ਵਜ੍ਹਾ ਨਾਲ ਇਹ ਲੜ ਪਿਆ ਹੋਣਾ, ਕੁੱਟ ਦਿੱਤਾ ਉਹਨੂੰ ਕਿਸੇ ਵਜ੍ਹਾ ਕਰਕੇ, ਝਗੜਾ ਹੋਇਆ ਤੇ ਜ਼ਿਆਦਾ ਕੁੱਟ ਦਿੱਤਾ ਉਹਦੇ, ਹੱਥ ਵੀ ਉਹਦਾ ਟੁੱਟਿਆ ਇੱਥੋਂ, ਚੰਗਾ ਨਿਸ਼ਾਨ ਲੱਗਿਆ ਵਿੱਚ, ਟੱਕ ਲੱਗਾ ਆ, ਅਤੇ ਬਾਕੀ ਦਾ ਸਾਰਾ ਉਹਦਾ ਸਰੀਰ ਨੀਲਾ ਹੋਏ ਆ ਜੀ, ਉਹਦੀ ਅੱਖ ਵੀ ਇੱਕ ਐਨ ਦੂਸਰੀ ਹੋਈ ਉਹ ਫਿੱਸੇ ਉਹ, ਅਤੇ ਆਹ ਪਤਾ ਹੀ ਨਹੀਂ ਉਹਦੇ ਛਾਣੀ ਕੋਈ ਇੱਦਾਂ ਦਾ ਸਰੀਰ ਦਾ ਅੰਗ ਨਹੀਂ ਜਿੱਥੇ ਉਹਦੇ ਨਾ ਸੱਟਾਂ ਲੱਗੀਆਂ, ਜ਼ਿਆਦਾ ਕੁੱਟ ਮਾਰ ਕੀਤੀ, ਜ਼ਿਆਦਾ ਕੁੱਟ। ਪਰ ਜਿਹੜੇ ਉੱਥੇ ਲੋਕਾਂ ਦਾ ਵਿਊ ਹੈ ਉਹ ਕਾਫੀ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਸੀ, ਤੇ ਉਹਦੀ 4 ਸਾਲ ਦੀ ਇੱਕ ਬੇਟੀ ਹੈ, ਉਹਨੇ ਵੀ ਇਹੀ ਸਟੇਟਮੈਂਟ ਦਿੱਤੀ ਹੈ ਕਿ ਰਾਤ ਨੂੰ ਉਹ ਕਾਫੀ ਜ਼ਿਆਦਾ ਸ਼ਰਾਬ ਪੀ ਕੇ ਆਇਆ ਸੀ ਤੇ ਆਪਣੇ ਬਾਪ ਦੇ ਕੋਲੋਂ ਪੈਸਿਆਂ ਦੀ ਡਿਮਾਂਡ ਕਰ ਰਿਹਾ ਸੀ, ਇਸ ਕਰਕੇ ਜਦੋਂ ਉਹਨੇ ਪੈਸੇ ਨਹੀਂ ਦਿੱਤੇ ਤੇ ਉਹਨੇ ਡੰਡੇ ਦੇ ਨਾਲ ਉਹਨੂੰ ਕਾਫੀ ਕੁੱਟਿਆ, ਤੇ ਉਹਦੇ ਨਾਲ ਐਟ ਅ ਲੇਟਰ ਸਟੇਜ ਉਹਦੀ ਮੌਤ ਹੋ ਗਈ ਲੱਗਦੀ ਹੈ। ਬਾਕੀ ਪੋਸਟਮਾਰਟਮ ਕੰਡਕਟ ਕਰਵਾਇਆ ਜਾ ਚੁੱਕਿਆ, ਡਾਕਟਰ ਦੀ ਰਿਪੋਰਟ ਆਉਣ ਤੋਂ ਵੀ ਸਾਰਾ ਸਾਬਿਤ ਹੋ ਜਾਏਗਾ ਕਿ ਮੌਤ ਦਾ ਅਸਲ ਕਾਰਨ ਕੀ ਹੈ।